ਪਾਣ ਨੂੰ ਬਾਰ ਬਾਰ ਹੱਤ ਜੋਗੇ ਸਾਰੇ ਪਿੰਡ ਦੇ ਗਿਆ ਸੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਆਪਣਾ ਮੁਰਗੀ ਖਾਣਾ ਬੰਦ ਕਰ ਲਓ ਤੇ ਇਹਨਾਂ ਨੇ ਉਸ ਤੋਂ ਬਾਅਦ ਸਾਡੀ ਕੋਈ ਵੀ ਇਹਨਾਂ ਨੇ ਮੰਗ ਨਹੀਂ ਸੁਣੀ ਸਾੜਿਆ ਨੇ ਤੇ ਕਹਿੰਦੇ ਜੀ ਆਪ ਵੀ ਖੋਲ ਨਾ ਮੁਰਗੀ ਖਾਣਾ ਤੁਸੀਂ ਜੋ ਮਰਜ਼ੀ ਕਰ ਲਓ ਛੋਟੇ ਬੱਚੇ ਬਿਮਾਰ ਹੋ ਜਾਂਦੇ ਆ ਇਨਫੈਕਸ਼ਨ ਇੰਨੀ ਫੈਲਦੀ ਹੈ ਕਿ ਹਰ ਇੱਕ ਚੀਜ਼ ਤੇ ਮੱਖੀ ਬੈਠ ਜਾਂਦੀ ਹੈ ਆਸੀ ਬੇੜੇ ਚ ਬੈ ਕੇ ਖਾਣਾ ਜਾਂ ਚਾਹ ਵਗੈਰਾ ਨਹੀਂ ਪੀ ਸਕਦੇ ਕੋਈ ਕੋਈ ਵੀ ਗੈਸਟ ਕੋਈ ਵੀ ਆਂਦਾ ਜੋ ਵੀ ਇੱਥੇ ਤੱਕ ਕਰ ਪਹੁੰਚਦਾ ਨਾ ਉਹ ਇਹੀ ਕਹਿੰਦਾ ਵੀ ਹਾਏ ਸਮੱਲ ਤੁਸੀਂ ਲੋਕੋ ਕੁਝ ਨਹੀਂ ਕਰ ਸਕਦੇ ਤੁਹਾਡੇ ਲੋਕੋ ਕੁਝ ਨਹੀਂ ਕਰ ਸਕਦਾ ਇਹ ਕੀ ਕਰੀਏ ਸਰ ਸਾਡੀ ਸੁਣਵਾਈ ਨਹੀਂ ਹੁੰਦੀ ਸਰ ਇਸ ਵਕਤ ਅਸੀਂ ਖੜੇ ਆਂ ਪਿੰਡ ਮਸ਼ਾਪੁਰ ਚੱਕ ਬਈਆਂ ਜੋ ਕਿ ਹਲਕਾ ਮੁਕੇਰੀਆਂ ਦੇ ਵਿੱਚ ਪੈਂਦਾ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਮੇਰੇ ਪਿਛਲੇ ਦਿਖਾ ਦੇ ਤਸਵੀਰਾਂ ਕਿ ਆਲੀਸ਼ਾਨ ਕੋਠੀਆਂ ਪਿੰਡ 'ਚ ਪਈਆਂ ਹੋਈਆਂ ਆ ਪਰ ਲੋਕ ਜਿਹੜੇ ਆ ਇਸ ਪਿੰਡ ਦੇ ਵਿੱਚ ਘਰਾਂ 'ਚ ਰਹਿੰਦੇ ਬਿਲਕੁਲ ਜਿਹੜੇ ਇੰਨੇ ਕ ਮਜਬੂਰ ਹੋਏ ਕਿ ਇੱਥੋਂ ਕਰ ਆਪਣੇ ਵੇਚ ਕੇ ਕਿਤੇ ਬਾਹਰ ਜਾਣਾ ਚਾਹੁੰਦੇ ਹਨ ਕਾਰਨ ਦੱਸਾਂਗੇ ਤੁਹਾਨੂੰ ਕਾਰਨ ਕੀ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਇਹਨੇ ਲੋਕ ਜਿਹੜੇ ਖੜੇ ਨੇ ਇਹ ਸਿਰਫ ਇੱਕ ਪਿੰਡ ਵਿੱਚ ਮੁਰਗੀ ਖਾਨਾ ਆ ਉਹਦੇ ਤੋਂ ਆਉਣ ਵਾਲੀਆਂ ਮੱਖੀਆਂ ਤੋਂ ਪਰੇਸ਼ਾਨ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਪੁੱਛਾਂਗੇ ਕਿ ਕੀ ਕੀ ਸਮੱਸਿਆਵਾਂ ਉਹਨਾਂ ਨੂੰ ਆ ਰਹੀਆਂ ਆ ਸਰ ਤੁਹਾਡਾ ਨਾਮ ਕੀ ਪਹਿਲਾ ਨਾਮ ਦੱਸੋ ਪੰਕਜ ਕੁਮਾਰ ਜੀ ਪੰਕਜ ਜੀ ਅਸੀਂ ਵੀ ਦੇਖਿਆ ਤੁਹਾਡੇ ਘਰ ਹਰ ਜਗ੍ਹਾ ਮੱਖੀਆਂ ਹੀ ਮੱਖੀਆਂ ਕੀ ਸਮੱਸਿਆ ਤੁਹਾਨੂੰ ਕਦੋਂ ਤੋਂ ਇਹ ਸਮੱਸਿਆ ਆ ਰਹੀ ਹੈ ਸਮੱਸਿਆ ਸਰ ਇਹ 3 ਸਾਲ ਪਹਿਲਾਂ ਇਹਨਾਂ ਨੇ ਮੁਰਗੀ ਖਾਨਾ ਬੰਦ ਹੀ ਹੁਣ ਆਹੀਂ ਰਿਕਵੈਸਟ ਪੂਰੇ ਪਿੰਡ ਨੇ ਬੇਨਤੀ ਕੀਤੀ ਨਾ ਅੱਗੇ ਕਿ ਮੁਰਗੀ ਖਾਨਾ ਬੰਦ ਕਰ ਲੋ ਉਸ ਤੋਂ ਬਾਵਜੂਦ ਵੀ ਇਹਨਾਂ ਨੇ ਕਿਤਾ ਮੁਰਗੀਆਂ ਪਾਈਆਂ ਮੁਰਗੀਆਂ ਪਾਣੇ ਦੇ ਨਾਲ ਸਾਡੇ ਬਿਮਾਰੀਆਂ ਦਾ ਇੰਨਾ ਖਸਾਦਾ ਪੈ ਰਿਹਾ ਕਿ ਸਾਡੀਆਂ ਬੱਚਿਆਂ ਦੀ ਹਾਲਤ ਮਾੜੀ ਹੈ ਸਾਡੀ ਮਾੜੀ ਹੈ ਇਸ ਪਿੰਡ ਦੀ ਸਾਨੂੰ ਵੱਡੀ ਖਾਸੀਅਤ ਇਹ ਹੈ ਕਿ ਹਰ ਘਰ ਦੇ ਵਿੱਚ ਇੱਕ ਨਾ ਇੱਕ ਫੌਜੀ ਹੈ ਜੀ ਉਹ ਫੌਜੀ तकरीबन ਸਾਰਕਾਰ ਫੈਮਲੀਆਂ ਇੱਥੇ ਆ ਜੀ ਸਾਡੇ ਯਾਨੀ ਇਹ ਪ੍ਰੋਬਲਮ ਨਹੀਂ ਸੁਣ ਪਾਰੇ ਇੰਨੀ ਗੱਲ ਦੀ ਬਈ ਕੀ ਹੁੰਦਾ ਕੀ ਨਹੀਂ ਹੈ ਲੇਡੀਜ਼ ਤਾਂ ਲੇਡੀਜ਼ ਹੁ ਕਿੰਨੇ ਅੱਗੇ ਦੌੜਣਗੀਆਂ ਸਾਰੀਆਂ ਲੇਡੀਆਂ ਜਾਨੀਏ ਘਰ ਹੈ ਘਰ ਵਾਲੇ ਸਾਰੇ ਬਾਹਰ ਪੋਸਟਾਂ ਪਰ ਕੋਈ ਸ਼ਹਿਰ ਨਗਰ ਹੈ ਕੋਈ ਕਿਤੇ ਹੈ ਕੋਈ ਕਿਤੇ ਹੈ ਤਾਂ ਜੀ ਅਸੀਂ ਜਾਣਦੇ ਆ ਕਿ ਮੰਗ ਕਰਨੇ 50 ਸਾਰੇ ਸਰਵਿਸਮੈਨ ਜਿੰਨੇ ਕਾਸੀਂ ਇੱਥੇ ਮੌਕੇ ਪਰ ਹੈ ਖੜੇ ਅਸੀਂ ਪ੍ਰਸ਼ਾਸਨਾਂ ਕੋ ਗਏ ਬੇਨਤੀ ਕੀਤੀ ਸੀ ਕਿ ਮੁਰਗੀਖਾਨਾ ਬੰਦ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਕੋ ਗਏ ਵੀ ਆ ਹਲੇ ਤੱਕ ਵੀ ਕੋਈ ਵੀ ਲੁਣ ਦੀ ਕਾਰਵਾਈ ਨਹੀਂ ਹੋਈ ਇਸ ਵਕਤ ਹੋਰ ਲੋਕ ਵੀ ਮੌਜੂਦ ਨੇ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਵਿਜੇ ਕੁਮਾਰ ਜੀ ਆਪਣੇ ਮੌਕੇ ਦਾ ਮੈਂਬਰ ਹੈ ਇੱਥੇ ਜੀ ਸਾਡੇ ਨਾਲ ਮੁਰਗੀਖਾਨਾ ਪਿਛਲੇ 3-4 ਸਾਲ ਤੋਂ ਪਹਿਲਾਂ ਬੰਦ ਰਿਹਾ ਹੈ ਜੀ لیکن ਹੁਣ ਇਹ ਆਪਣੇ ਇਹਦਾ ਫਾਦਰ ਮਰਨ ਦੇ ਬਾਅਦ ਇਹ ਮੁੰਡਿਆਂ ਨੇ ਹੁਣੇ 1 ਸਾਲ ਤੋਂ ਸ਼ੁਰੂ ਕਰਤਾ ਇਹਨਾਂ ਦੁਆਰਾ ਤਾਂ ਅਸੀਂ ਆਪਣੇ ਲਗਭਗ ਜਿੰਨੇ ਵੀ ਥੱਲੇ ਵਾਲੇ ਪ੍ਰਸ਼ਾਸਨ ਐ ਐਸਐਮਓ ਐਸਡੀਐਮ ਡੀਸੀ ਹਰ ਜਗ੍ਹਾ ਜਾ ਕੇ ਆ ਗਏ ਆਂ ਅਸੀਂ ਉਹਨਾਂ ਲਿਖ ਵੀ ਦਿੱਤਾ ਉਹਦਾ ਬਰਬਰੀ ਜਾ ਕੇ ਸਾਰਿਆਂ ਨਾਲ ਮੀਟਿੰਗ ਕੀਤੀ ਏ ਲੇਕਿਨ ਅਜ ਤੱਕ ਸਾਡੀ ਕਿਤੇ ਵੀ ਕੋਈ ਮੰਗ ਨਹੀਂ ਕਿਸੇ ਨੇ ਅਫਸਰ ਨੇ ਸਾਡੀ ਗੱਲ ਨਹੀਂ ਸੁਣੀ ਅਜੇ ਤੱਕ ਤਾਂ ਇਹ ਚਾਹੁੰਦੇ ਆ ਕਿ ਤੁਹਾਡੇ ਥਰੂ ਇਹ ਗੱਲ ਉੱਪਰ ਤੱਕ ਜਾਏ ਅਫਸਰਾਂ ਤੱਕ ਤਾਂ ਇਹ ਮੁਰਗੀ ਖਾਨਾ ਬੰਦ ਕੀਤਾ ਜਾਵੇ ਜੀ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੀ ਜਨੈਲ ਸਿੰਘ ਹੈ ਮੈਂ ਸਾਬਕਾ ਮੈਂਬਰ रह ਚੁੱਕਾ ਆਂ ਤੋ ਸਾਡੀ ਵੀ ਇਹ ਪਿਛਲੇ 4-5 ਸਾਲ ਤੋਂ ਆਪਾਂ ਹੀ ਦਿਖਦੇ ਆ ਰਹੇ ਆ ਕੀ ਮਿਲ ਗਈ ਹੁਣ ਇਹ ਮੁਰਗੀ ਖਾਨਾ ਪੂਰਾ ਫੇਰ ਸ਼ੁਰੂ ਕਰਤਾ ਨੇ 1 ਸਾਲ ਤੋਂ ਤੇ ਇਦਾਂ ਹੈਗਾ ਕਿ ਆਪਾਂ ਇਹਨਾਂ ਨੂੰ ਬਾਰ ਬਾਰ ਹੱਥ ਜੋਗੇ ਸਾਰੇ ਪਿੰਡ ਦੇ ਗਏ ਸੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਆਪਣਾ ਮੁਰਗੀ ਖਾਨਾ ਬੰਦ ਕਰ ਲਓ ਤੇ ਇਹਨਾਂ ਨੇ ਉਸ ਤੋਂ ਬਾਅਦ ਸਾਡੀ ਕੋਈ ਵੀ ਇਹਨਾਂ ਨੇ ਮੰਗ ਨਹੀਂ ਸੁਣੀ ਸਾਡੀ ਇਹ ਕਹਿੰਦੇ ਜੀ ਆਪ ਵੀ ਖੋਲ ਲੈ ਮੁਰਗੀ ਖਾਨਾ ਤੁਸੀਂ ਜੋ ਮਰਜ਼ੀ ਕਰ ਲਓ ਫਿਰ ਅਸੀਂ ਪ੍ਰਸ਼ਾਸਨ ਕੋਲ ਵੀ ਗਏ ਆ ਆਪਣੇ ਬੁੱਢਾਵਾੜ ਐਸਐਮਓ ਐਸਡੀਮ ਸਾਹਿਬ ਕੋਲੋਂ ਡੀਸੀ ਆਫਿਸ ਵੀ ਗਏ ਆ ਪਰ ਉਹਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਮੰਗ ਪੂਰੀ ਕੀਤੀ ਹੈਗੀ ਉਹਨਾਂ ਨੇ ਅਸੀਂ ਫਿਰ ਅਹੀ ਅਗੇ ਬੇਨਤੀ ਕਰਨ ਜਾਂ ਸਸਨ ਕੇ ਕਿ ਬੇਨਤੀ ਆ ਕਿ ਜਲਦ ਤੋਂ ਜਲਦ ਹੋ ਸਕੇ ਤੇ ਪੋਲਟਰੀ ਫਾਰਮ ਬੰਦ ਕੀਤਾ ਜਾਏ ਜੀ ਬਿਲਕੁਲ ਜਿਸ ਤਰ੍ਹਾਂ ਲੋਕ ਮੰਗ ਕਰ ਰਹੇ ਕਿ ਜਲਦ ਤੋਂ ਜਲਦ ਹੋ ਕੇ ਪੋਲਟਰੀ ਫਾਰਮ ਬੰਦ ਹੋਵੇ ਕੁਝ ਲੇਡੀਜ਼ ਵੀ ਇੱਥੇ ਮੌਜੂਦ ਨੇ ਉਹਨਾਂ ਨੇ ਵੀ ਗਲਤ ਗੱਲ ਕਰ ਲਈ ਪੈਂ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸ੍ਰੇਸ਼ ਦੇਵੀ ਹੈ ਜੀ ਸ੍ਰੀ ਦੇਵੀ ਜੀ ਛੋਟੇ ਛੋਟੇ ਬੱਚੇ ਲੈ ਕੇ ਤੁਸੀਂ ਖੜੇ ਹੋ ਅਸੀਂ ਵੀ ਦੇਖਿਆ ਘਰਾਂ 'ਚ ਮੱਖੀਆਂ ਹਰ ਜਗ੍ਹਾ ਮੱਖੀਆਂ ਕੀ ਕੀ ਸਮੱਸਿਆ ਤੁਹਾਨੂੰ ਆਉਂਦੀ ਹੈ ਸਰ ਅਸੀਂ ਬੇੜੇ 'ਚ ਬੈਠ ਕੇ ਖਾਣਾ ਜਾਂ ਚਾਹ ਵਗੈਰਾ ਨਹੀਂ ਪੀ ਸਕਦੇ ਜੇ ਕੋਈ ਸਾਡੇ ਗੈਸਟ ਆਉਂਦੇ ਆ ਤੇ ਉਹ ਵੀ ਸਾਨੂੰ ਕਹਿੰਦੇ ਆ ਕਿ ਤੁਸੀਂ ਇਸੇ ਕੋਈ ਹੱਲ ਨਹੀਂ ਕੀਤਾ ਅਸੀਂ ਕੀ ਕਰ ਸਕਦੇ ਆ ਸਰ ਉਹ ਸਾਡੇ ਆਉਂਦੇ ਵੀ ਨਹੀਂ ਆ ਕੋਈ ਫੰਕਸ਼ਨ ਹੋਏ ਤਾਂ ਨਹੀਂ ਅਟੈਂਡ ਕਰਦੇ ਕਹਿੰਦੇ ਬਾਹਰ ਕਰੋ ਕਿਤੇ ਫੰਕਸ਼ਨ ਇੱਥੇ ਕਿਉਂ ਤੁਸੀਂ ਪਿੰਡ 'ਚ ਕਰ ਰਹੇ ਹੋ ਮੁਸ਼ਕ ਵੀ ਬਹੁਤ ਜ਼ਿਆਦਾ ਆਉਂਦੀ ਹੈ ਮੱਖੀਆਂ ਦੀ ਵਜ੍ਹਾ ਨਾਲ ਤੁਹਾਨੂੰ ਘਰ ਗੈਸਟ ਵੀ ਨਹੀਂ ਆਉਂਦੇ ਨਹੀਂ ਆਉਂਦੇ ਸਰ ਨਹੀਂ ਆਉਂਦੇ ਉਹ ਵੀ ਸਾਨੂੰ ਕਹਿੰਦੇ ਆ ਕਿ ਕੁਛ ਇਹਦਾ ਹੱਲ ਕਰੋ ਪਰ ਅਸੀਂ ਕੀ ਕਰੀਏ ਛੋਟੇ ਛੋਟੇ ਬੱਚੇ ਬਿਮਾਰ ਹੋ ਜਾਂਦੇ ਆ ਇਨਫੈਕਸ਼ਨ ਇੰਨੀ ਫੈਲਦੀ ਆ ਕਿ ਹਰ ਇੱਕ ਚੀਜ਼ ਤੇ ਮੱਖੀ ਬੈਠ ਜਾਂਦੀ ਆ ਤੇ ਆਪਣਾ ਗੰਦ ਫਿਲਾਉਂਦੀ ਆ ਅਸੀਂ ਇਹੀ ਮੰਗ ਕਰਦੇ ਆ ਕਿ ਮੁਰਗੀ ਖਾਨਾ ਬੰਦ ਕੀਤਾ ਜਾਵੇ ਜਲਦ ਤੋਂ ਜਲਦ ਪੰਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਤ੍ਰਿਪਤਾ ਦੇਵੀ ਹੈ ਤ੍ਰਿਪਤਾ ਦੇਵੀ ਜੀ ਜਦੋਂ ਤੁਸੀਂ ਖਾਣਾ ਨਾ ਬਣਾਉਂਦੇ ਹੋ ਹੋਰ ਕੀ ਕੀ ਜਦੋਂ ਕੰਮ ਆਪਣੇ ਮਹਿਲਾਵਾਂ ਵਿੱਚ ਤੁਸੀਂ ਘਰੇਲੂ ਕੰਮ ਕਰਦੀਆਂ ਉਸ ਤੋਂ ਕੀ ਸਮੱਸਿਆ ਆਂਦੀ ਤੁਹਾਨੂੰ ਸਮੱਸਿਆ ਸਾ ਸਾਨੂੰ ਬਹੁਤ ਆਂਦੀ ਆ ਕੋਈ ਵੀ ਚੀਜ਼ ਜਿਹੜੀ ਅਸੀਂ ਬਾਹਰ ਬੈਠ ਕੇ ਨਹੀਂ ਕਰ ਸਕਦੇ ਸਰ ਮਤਲਬ ਮੱਖੀ ਬਹੁਤ ਹੈ ਕੋ ਕੀ ਨਹੀਂ ਕਰ ਸਕਦੇ ਇਹਦਾ ਹਾਲ ਅਜ ਤੱਕ ਕਦੀ ਨਹੀਂ ਹੋਇਆ ਹਾਲ ਅਜ ਤੱਕ ਕੁਝ ਨਹੀਂ ਕੀਤਾ ਹਰ ਕਨੇ ਆਪਣੀ ਕਾਰਵਾਈ ਸਾਰਿਆਂ ਨੂੰ ਮਿਲੇ ਚੁਲੇ ਸਾਰੀ ਕਾਰਵਾਈ ਕੀਤੀ ਮੈਂ ਕਿ ਸਾਡੀ ਕਿਤੇ ਵੀ ਸੁਣਵਾਈ ਜਿਹੜੀ ਹੈ ਨਹੀਂ ਹੋਈ ਸਰ ਤੁਹਾਡੇ ਘਰ ਅਸੀਂ ਦੇਖਿਆ ਬਿਲਕੁਲ ਨਜ਼ਦੀਕ ਹੈ ਪੁਲਟਰੀ ਫਾਰਮ ਸਰ ਮੇਰਾ ਬਿਲਕੁਲ ਨਜ਼ਦੀਕ ਹੈ ਬਿਲਕੁਲ ਨਾ ਲੱਗਦਾ ਮੇਰੇ ਘਰ ਤੇ ਮੇਰੇ ਘਰ ਜਿਹੜੀ ਬਦਬੂ ਜਿਹੜੀ ਉਹ ਜ਼ਿਆਦਾ ਹੈ ਸਰ ਤੇ ਮੱਖੀਆਂ ਵੀ ਹਰ ਵੇਲੇ ਮੱਖੀਆਂ ਵੀ ਹਰ ਵੇਲੇ ਸਾਡੇ ਅੰਦਰ ਸਾਰੇ ਵਿੱਚ ਸਾਡੀ ਮੱਖੀ ਹੈ ਜੀ ਮੇਰੇ ਬੱਚੇ ਹੁਣ ਵੀ ਜਾ ਕੇ ਦੇਖ ਸਕੋ ਤਾਂ ਹਰ ਵੀ ਬਿਮਾਰ ਹੈ ਜੀ ਅਇਤ ਹਰ ਹਫਤੇ ਹਰ ਡੇਲੀ ਅਸੀਂ ਜਿਹੜਾ ਦਵਾਈ ਲੈਣ ਵਾਸਤੇ ਜਾਂਦੇ ਰਹਿੰਦੇ ਆ ਜਿਹੜਾ ਕੋਈ ਕੋਈ ਵੀ ਗੈਸਟ ਕੋਈ ਵੀ ਆਂਦਾ ਜੋ ਵੀ ਇੱਥੇ ਤੱਕ ਪਹੁੰਚਦਾ ਨਾ ਉਹ ਇਹੀ ਕਹਿੰਦਾ ਵੀ ਹਾਏ ਸਮੈਲ ਤੁਸੀਂ ਲੋਕੋ ਕੁਝ ਨਹੀਂ ਕਰ ਸਕਦੇ ਤੁਹਾਡੇ ਲੋਕੋ ਕੁਝ ਨਹੀਂ ਕਰ ਸਕਦਾ ਅਸੀਂ ਕੀ ਕਰੀਏ ਸਰ ਸਾਡੀ ਸੁਣਵਾਈ ਨਹੀਂ ਹੁੰਦੀ ਸਰ ਇੱਥੋਂ ਤੱਕ ਲੋਕੀ ਗੱਲਾਂ ਕਰ ਰਹੇ ਕਿ ਅਸੀਂ ਘਰ ਵੇਚਣ ਤੇ ਮਜਬੂਰ ਹਾਂ ਹਾਂਜੀ ਸਰ ਘਰ ਸਾਰੇ ਵੇਚਣ ਤੇ ਮਜਬੂਰ ਆ ਸਾਰੇ ਕੁਝ ਕਰਨੇ ਤੇ ਮਜਬੂਰ ਆ ਪਰ ਕੀ ਕਰੀਏ ਇੰਨਾ ਪੈਸਾ ਲਾ ਕੇ ਦਾਦਾ 33 ਲੱਖ 35 ਲੱਖ ਕਿੱਥੇ ਜਾਈਏ ਛੱਡ ਗਿਆ ਸਰ ਕੋਈ ਜਾ ਸਕਦਾ ਕੋਈ ਤੇ ਨਹੀਂ ਜਾ ਸਕਦਾ ਸਰ ਇੱਕ ਗੱਲ ਹੋਰ ਦਰਸ਼ਕਾਂ ਨੂੰ ਜਰੂਰ ਦੱਸ ਦਈਏ ਮੱਖੀਆਂ ਕਰਕੇ ਜਿਹੜੇ ਆ ਮਹਿਲਾਵਾਂ ਕਿਉਂਕਿ ਹੁਣ ਸਿਆਲ ਦੇ ਦੇਣਾ ਬਾਹਰ ਧੁੱਪ ਵਿੱਚ ਵੀ ਨਹੀਂ ਬੈਠ ਸਕਦੇ ਕਿਉਂਕਿ ਜਦ ਧੁੱਪ ਵਿੱਚ ਬਹਿੰਦੇ ਤੇ ਧੁੱਪ ਵਿੱਚ ਮੱਖੀਆਂ ਜਣੀਆਂ ਜ਼ਿਆਦਾ ਆਉਂਦੀਆਂ ਤਾਂ ਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਪੰਜਾਬ ਸਰਕਾਰ ਤੋਂ ਦੇਖੋ ਪੰਜਾਬ ਸਰਕਾਰ ਨੂੰ ਜਾਂ ਹੀ ਇਹ ਹੀ ਮੰਗ ਕਰਨਾ ਚਾਹੁੰਦੇ ਆ ਵੀ ਸਾਡਾ ਜਿਹੜਾ ਮੁਰਗੀ ਖਾਨਾ ਜਿਹੜਾ ਆ ਬੰਦ ਕੀਤਾ ਜਾਵੇ ਬਾਕੀ ਅਸੀਂ ਕਿਸੇ ਚੀਜ਼ ਦੀ ਮੰਗ ਨਹੀਂ ਕਰਦੇ ਕੋਈ ਵੀ ਸਾਡੇ ਜੈਂਟਸ ਜਿਹੜੇ ਕੋਈ ਵੀ ਸਾਡਾ ਜੈਂਟਸ ਮੇਰਾ ਹਸਮੈਂਟ ਜਿਹੜਾ ਬਾਹਰ ਡਿਊਟੀ ਕਰਦੇ ਕੋਈ ਵੀ ਅਸੀਂ ਦਿਨ ਦਾ ਕੰਮ ਕਰ ਨਹੀਂ ਸਕਦੇ ਠੀਕ ਹੈ ਨਹੀਂ ਬਾਕੀ ਹਰ ਇੱਕ ਜੈਂਟਸ ਨਾਲ ਹਰ ਇੱਕ ਬੰਦੇ ਨਾਲ ਮਲਕੀ ਸਾਰੀ ਕਾਰਵਾਈ ਕੀਤੀ ਹੈ ਮਲਕੀ ਸਾਡੀ ਜਿਹੜੀ ਸੁਣਵਾਈ ਨਹੀਂ ਹੋ ਸਕਦੀ ਦਿੱਲੀ ਆਹੀ ਜਾਣਦੇ ਹੁਸ਼ਿਆਰਪੁਰ ਵੀ ਜਾਣਦੇ ਆ ਹਰ ਇੱਕ ਥਾਈ ਜਾਣਦੇ ਜਿੱਥੇ ਮਲਕੀ ਹੁੰਦੀ ਹੈ ਸਾਡੀ ਅਸੀਂ ਸਾਰੇ ਕੰਮ ਕਰਨੇ ਆ ਪਰ ਸਾਡੀ ਸੁਣਵਾਈ ਨਹੀਂ ਹੋਈ ਜੀ ਬਿਲਕੁਲ ਇਹ ਸਨ ਪਿੰਡ ਮਸ਼ਾਪੁਰ ਦੇ ਲੋਕ ਜਿਹੜੇ ਖਾਸ ਕਰ ਇੱਕ ਮੁਰਗੀ ਖਾਨੇ ਤੋਂ ਆ ਰਹੀ ਮੱਖੀਆਂ ਤੋਂ ਪਰੇਸ਼ਾਨ ਨੇ ਤੇ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਤੋ ਪਵਿੱਟੇ ਉਹ ਬਾਹਰ ਨਹੀਂ ਬੈਠ ਸਕਦੇ ਲੇਡੀਜ਼ ਖਾਣਾ ਨਹੀਂ ਬਣਾ ਸਕਦੀ ਇੱਥੋਂ ਤੱਕ ਕਿ ਉਹਨਾਂ ਦੇ ਛੋਟੇ ਛੋਟੇ ਬੱਚੇ ਜਿਹੜੇ ਆਏ ਦਿਨ ਬਿਮਾਰ ਹੁੰਦੇ ਨੇ ਉੱਥੇ ਹੀ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਕਰੋੜਾ ਕਰੋੜਾ ਰੁਪਏ ਲਾ ਕੇ ਉਹਨਾਂ ਨੇ ਕੋਠੀਆਂ ਬਣਾਈਆਂ ਤੇ ਜ਼ਿਆਦਾਤਰ ਆਪਾਂ ਗੱਲ ਕਰੀਏ ਕਿ ਜ਼ਿਆਦਾਤਰ ਐਕਸ ਸਰਵਿਸ ਮੈਨ ਆਏ ਥੇ ਜੋ ਫੌਜ ਆਪਣੀ ਸੇਵਾ ਨਿਭਾ ਕੇ ਆਏ ਨੇ ਤੇ ਸੇਵਾ ਨਿਭਾਨ ਤੋਂ ਬਾਅਦ ਜਦੋਂ ਉਹ ਇੱਥੇ ਪਿੰਡ ਵਿੱਚ ਆ ਕੇ ਆਪਣਾ ਘਰ ਬਣਾਉਂਦੇ ਨੇ ਤੇ ਜਦੋਂ ਇਦਾਂ ਦੇ ਹਾਲਾਤ ਬਣਦੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਦੁੱਖ ਵੀ ਜ਼ਰੂਰ ਲੱਗਦਾ ਉੱਥੇ ਹੀ ਉਹਨਾਂ ਲੋਕਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਪੰਜਾਬ ਸਰਕਾਰ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਤੇ ਪਿੰਡ ਵਿੱਚ ਜਿਹੜਾ ਮੁਰਗੀਖਾਨਾ ਬਣਿਆ ਹੋਇਆ ਹੈ ਇਸ ਨੂੰ ਇੱਥੋਂ ਹਟਵਾਉਣਾ ਚਾਹੀਦਾ ਕੈਮਰਾਮੈਨ ਵਿਨੀ ਦੇ ਨਾਲ ਵਿਜੇ ਸਲਾਰੀਆ ਨਿਊਜ਼ 18